ਜਿੱਥੇ ਸ਼ੁਭ ਕਰਨ ਦਾ ਨਾਂ ਆਉਂਦਾ ਨਾ ਉੱਥੇ ਮੇਰੀ ਆਵਾਜ਼ ਕੰਬਣ ਲੱਗ ਪੈਂਦੀ, ਕਿਉਂਕਿ ਉਹ ਮੇਰੀਆਂ ਹੱਥਾਂ 'ਚ ਜਦੋਂ ਉਹਦਾ ਮਤਲਬ ਜਦੋਂ ਉਹਨੂੰ ਉਧਰੋਂ ਚੁੱਕ ਕੇ ਲਿਆਂਦਾ ਗਿਆ ਨਾ, ਜਦੋਂ ਇੱਥੇ ਵੇਖਿਆ ਵਾ ਉਦੋਂ ਉੱਤੇ ਸਾਡੇ ਵੀ ਟੀਅਰ ਗੈਸ ਡਿੱਗਣ ਦੇ, ਸਾਡੇ ਮੈਡੀਕਲ ਦੇ ਉੱਤੇ ਵੀ ਬੰਬਾਰੀ ਹੁੰਦੀ ਸੀ। ਜਦੋਂ ਉਹਨੂੰ ਮੈਂ ਵੇਖਿਆ ਨਾ ਵੀ ਕਹਿੰਦੇ ਮਤਲਬ ਬੇਹੋਸ਼ ਹੋ ਗਿਆ, ਤੇ ਮੈਂ ਵੀ ਬੇਹੋਸ਼ ਹੋ ਗਿਆ, ਪਤਾ ਨਹੀਂ ਕੀ ਲੱਗਾ। ਜਦੋਂ ਮੈਂ ਉਹਨੂੰ ਕੀਤਾ ਨਾ ਉਹਦੇ ਵੇਖਿਆ, ਤੇ ਜਦੋਂ ਮੈਂ ਵੇਖਿਆ ਤੇ ਉਹਦੇ ਸਿਰ ਦੇ ਵਿੱਚ ਮੇਰੀਆਂ ਉਂਗਲਾਂ ਸਾਰੀਆਂ ਲੰਘੀਆਂ। ਉਹ ਮੈਂ ਉਹ ਤੁਹਾਡਾ ਭਲਾ ਜੇ ਤੇ ਗੋਲੀ ਲੱਗੀ ਲੱਗਦੀ, ਪਾਰਟਸ ਲੱਗੇ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ ਵੀ ਮਗਜ਼ ਜਿਵੇਂ ਸਿਰ ਦਾ ਲੱਗਾ। ਪਰ ਉਦੋਂ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਮੈਂ ਇੱਕ ਵੀ ਕਿੰਨੇ ਮਰੀਜ਼ ਵੇਖੇ ਆ, ਪਰ ਉਹ ਵੇਖ ਕੇ ਮੇਰੇ ਤੋਂ 15-20 ਮਿੰਟ ਮੇਰਾ ਸਰੀਰ ਨਹੀਂ ਕੰਮ ਕੀਤਾ ਵੀ ਮੁੰਡਾ ਮਰ ਗਿਆ, ਨਹੀਂ ਬਚਿਆ ਲੱਗਦਾ। ਹਾਂ, ਖਨੌਰੀ ਬਾਰਡਰ ਦੇ ਉੱਪਰ 21 ਤਰੀਕ ਦੀ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਹੁੰਦਾ, 21-22 ਸਾਲ ਦੇ ਨੌਜਵਾਨ ਸ਼ੁਭ ਕਰਨ ਦੀ ਪੁਲਿਸ ਦੇ ਨਾਲ ਜਦੋਂ ਟਕਰਾਅ ਹੋ ਰਿਹਾ ਸੀ, ਮੌਤ ਹੋ ਜਾਂਦੀ ਆ ਇਹਨਾਂ ਖੇਤਾਂ ਦੇ ਵਿੱਚ। ਸ਼ੁਭ ਕਰਨ ਜਿਹੜਾ ਹੈਗਾ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ, ਹਜ਼ਾਰਾਂ ਨੌਜਵਾਨਾਂ ਦੀ ਭੀੜ ਸੀ, ਇੱਕ ਪਾਸੇ ਪੁਲਿਸ ਸੀ, ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਹੈਗੇ ਸੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਸੀ, ਹਾਲਾਤ ਬੇਕਾਬੂ ਸੀ। ਜਦੋਂ ਇਹ ਵੱਡਾ ਹਾਦਸਾ ਹੋਇਆ ਪੁਲਿਸ ਦੇ ਨਾਲ ਲਗਾਤਾਰ ਟਕਰਾਓ ਤੋਂ ਬਾਅਦ, ਕਿਤੇ ਨਾ ਕਿਤੇ ਸ਼ੁਭ ਕਰਨ ਜਿਹੜਾ ਹੈਗਾ ਉਹ ਪੁਲਿਸ ਦੇ ਦੁਆਰਾ ਜ਼ਖਮੀ ਹੋ ਜਾਂਦਾ, ਜਿਸ ਤੋਂ ਬਾਅਦ ਉਸਦੀ ਜਾਨ ਚਲੀ ਜਾਂਦੀ ਆ। ਪਰ ਉਸ ਮੌਕੇ ਦੇ ਉੱਪਰ ਉਹਨੂੰ ਸਭ ਤੋਂ ਪਹਿਲਾਂ ਡਾਕਟਰੀ ਸਹਾਇਤਾ ਦੇਣ ਵਾਲੇ ਜਿਹੜੇ ਭਾਈ ਸਾਹਿਬ ਹੈਗੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਵੈ ਮਾਨ ਜਿਹੜੀ ਹੈਗੀ ਆ ਉਹਨਾਂ ਦੀ ਟੀਮ ਦੇ ਵਿੱਚ ਕੰਮ ਕਰਦੇ ਨੇ। ਅਵਤਾਰ ਸਿੰਘ, ਜਦੋਂ ਸ਼ੁਭ ਕਰਨ ਦਾ ਹਾਦਸਾ ਹੋਇਆ ਉਹਦੇ ਨਾਲ ਇਹ ਘਟਨਾ ਵਾਪਰੀ ਤਾਂ ਉਸ ਵਕਤ ਸਭ ਤੋਂ ਪਹਿਲਾਂ ਇਹਨਾਂ ਨੇ ਉਹਨਾਂ ਨੂੰ ਜਿਹੜੀ ਫਸਟ ਏਡ ਆ ਦਿੱਤੀ। ਬਾਈ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਸ਼ੁਭ ਕਰਨ ਨੂੰ ਤੁਸੀਂ ਚੱਕ ਕੇ ਲੈ ਕੇ ਗਏ, ਜਿਵੇਂ ਤੁਸੀਂ ਦੱਸਿਆ ਤਾਂ ਪੂਰੇ ਮੌਜੂਦਾ ਹਾਲਾਤ ਕੀ ਸੀ, ਕੀ ਸਿਚੁਏਸ਼ਨ ਬਣੀ ਹੋਈ ਸੀ ਉਦੋਂ? ਬਾਈ, ਗੱਲ ਤੇ ਸਿਚੁਏਸ਼ਨ ਦੱਸਾਂ, ਜਿੱਥੇ ਸ਼ੁਭ ਕਰਨ ਦਾ ਨਾਂ ਆਉਂਦਾ ਨਾ ਉੱਥੇ ਮੇਰੀ ਆਵਾਜ਼ ਕੰਬਣ ਲੱਗ ਪੈਂਦੀ, ਕਿਉਂਕਿ ਉਹ ਮੇਰੀਆਂ ਹੱਥਾਂ 'ਚ ਜਦੋਂ ਉਹਦਾ ਮਤਲਬ ਜਦੋਂ ਉਹਨੂੰ ਉਧਰੋਂ ਚੁੱਕ ਕੇ ਲਿਆਂਦਾ ਗਿਆ ਨਾ, ਜਦੋਂ ਇੱਥੇ ਵੇਖਿਆ ਵਾ ਉਦੋਂ ਉੱਤੇ ਸਾਡੇ ਵੀ ਟੀਅਰ ਗੈਸ ਡਿੱਗਣ ਦੇ, ਸਾਡੇ ਮੈਡੀਕਲ ਦੇ ਉੱਤੇ ਵੀ ਬੰਬਾਰੀ ਹੁੰਦੀ ਸੀ ਉਦੋਂ, ਮਤਲਬ ਇੱਥੇ ਵੀ ਹਾਲਾਤ ਬਹੁਤ ਭਿਆਨਕ ਸੀ। ਜਦੋਂ ਉਹਨੂੰ ਮੈਂ ਵੇਖਿਆ ਨਾ ਆਣ ਕੇ, ਜਦੋਂ ਉਹਦੇ ਮੂੰਹ ਦੇ ਉੱਤੇ ਜਦੋਂ ਲੈ ਕੇ ਆਏ ਚੁੱਕ ਕੇ ਉਹਦੇ ਮੂੰਹ ਦੇ ਉੱਤੇ ਕੱਪੜੇ ਸਾਰੇ, ਆਉਂਦੇ ਸੀ ਬੇਹੋਸ਼ ਹੋ ਗਿਆ, ਬੇਹੋਸ਼ ਹੋ ਗਿਆ, ਪਤਾ ਨਹੀਂ ਲੱਗਾ ਵੀ ਉਹਨੂੰ ਕੀ ਹੋਇਆ ਹੈ ਨਾ। ਉਹਦੇ ਮੈਂ ਮੂੰਹ ਤੋਂ ਕੱਪੜੇ ਜਦੋਂ ਲਾਏ, ਜਦੋਂ ਮੈਂ ਕੱਪੜੇ ਲਾਏ ਪਾੜ ਉਹਦੇ ਉੱਤੋਂ ਪਾੜ ਕੇ ਲਾਇਆ, ਉਦੋਂ ਲੈਥ ਹੁੰਦਾ ਨਹੀਂ, ਮੂੰਹ 'ਚ ਫਸੇ ਉਹਦੇ ਕੱਪੜੇ। ਜਦੋਂ ਉਹਨੂੰ ਮੈਂ ਵੇਖਿਆ ਨਾ ਵੀ ਕਹਿੰਦੇ ਮਤਲਬ ਬੇਹੋਸ਼ ਹੋ ਗਿਆ, ਤੇ ਮੈਂ ਵੀ ਬੇਹੋਸ਼ ਹੋ ਗਿਆ, ਪਤਾ ਨਹੀਂ ਕੀ ਲੱਗਾ। ਜਦੋਂ ਮੈਂ ਉਹਨੂੰ ਕੀਤਾ ਨਾ ਉਹਦੇ ਵੇਖਿਆ, ਤੇ ਜਦੋਂ ਮੈਂ ਵੇਖਿਆ ਤੇ ਉਹਦੇ ਸਿਰ ਦੇ ਵਿੱਚ ਮੇਰੀਆਂ ਉਂਗਲਾਂ ਸਾਰੀਆਂ ਲੰਘੀਆਂ। ਉਹ ਮੈਂ ਉਹ ਤੁਹਾਡਾ ਭਲਾ ਜੇ ਤੇ ਗੋਲੀ ਲੱਗੀ ਲੱਗਦੀ, ਮੈਂ ਉਹਨੂੰ ਉਸੇ ਵੇਲੇ, ਕਿਉਂ ਮੈਂ ਉਸ ਟਾਈਮ ਉੱਤੋਂ ਆਖਦੇ ਵੀ ਭਾਜੋ ਡਾਕਟਰ ਸਾਹਿਬ ਅੱਗੇ ਕਰ ਲਓ ਆਪਣਾ ਮੈਡੀਕਲ ਵੀ ਤੁਹਾਡੇ ਉੱਤੇ ਵੀ ਬੰਬਾਰੀ ਹੋਣ ਲੱਗ ਪਈ ਆ। ਫਿਰ ਮੇਰੇ ਤੋਂ ਕੁਝ ਨਹੀਂ ਸੁਝਿਆ, ਮੈਨੂੰ ਐਂ ਲੱਗਾ ਵੀ ਪਰਮੇਸ਼ਰ ਸ਼ਾਇਦ ਹੋ ਸਕਦਾ ਵੀ ਇਹ ਵੀ ਇਹਦੀ ਜਾਨ ਬਚ ਜੇ। ਮੈਂ ਉਸੇ ਵੇਲੇ ਆਵਾਜ਼ ਦਿੱਤੀ, ਮੈਂ ਐਂਬੂਲੈਂਸ ਮਾਰੋ ਮੁੰਡਿਓ, ਐਂਬੂਲੈਂਸ ਆਵਾਜ਼ ਮਾਰੋ, ਕਿਉਂਕਿ ਐਂਬੂਲੈਂਸਾਂ ਇੰਨੀਆਂ ਬਿਜ਼ੀ ਹੋ ਚੁੱਕੀਆਂ ਸੀ ਉਸ ਟਾਈਮ, ਇੰਨਾ ਕੁ ਜ਼ਿਆਦਾ ਬੰਬਬਾਰੀ ਆ, ਗੋਲਾਬਾਰੀ ਅਤੇ ਗੋਲੀਆਂ ਚੱਲ ਰਹੀਆਂ ਸੀ। ਸੈਂਕੜਾ ਕਿਸਾਨ ਜਿਹੜੇ ਆਪਣੇ ਇੱਥੇ ਮੈਡੀਕਲ ਕੈਂਪ 'ਤੇ ਲਿਆਂਦੇ ਜਾਂਦੇ ਸੀ ਅਤੇ ਉਹਨਾਂ ਨੂੰ ਇੱਥੋਂ ਫਸਟ ਏਡ ਦੇ ਕੇ ਅਤੇ ਐਂਬੂਲੈਂਸਾਂ ਦੇ ਲਾਦੇ ਲਾਦੇ ਖੜਿਆ ਜਾਂਦਿਆ ਸੀ। ਸ਼ੁਭ ਨੂੰ ਤੁਹਾਡੇ ਕੋਲ ਲੈ ਕੇ ਆਏ ਨੇ ਨੌਜਵਾਨ ਖੇਤਾਂ ਦੇ ਵਿੱਚੋਂ, ਤਾਂ ਉਸ ਵਕਤ ਉਹਦੇ ਮੌਜੂਦਾ ਹਾਲਾਤ ਕੀ ਸੀ? ਉਹਦੇ ਬਿਲਕੁਲ ਹਾਲਾਤ ਬਿਲਕੁਲ ਉਹਨਾਂ ਦੇ, ਮੈਨੂੰ ਕਿਉਂ ਮੈਂ ਤੁਹਾਨੂੰ ਉਹ ਤਾਂ ਦੱਸਣ ਦਿਆ ਵੀ ਕਹਿੰਦੇ ਵੀ ਬੇਹੋਸ਼ ਹੋ ਗਿਆ ਮੁੰਡਾ, ਪਤਾ ਨਹੀਂ ਕੀ ਹੋ ਗਿਆ ਹੈ ਨਾ, ਪਤਾ ਨਹੀਂ ਲੱਗਾ ਕੀ ਹੋ ਗਿਆ। ਪਰ ਜਦੋਂ ਮੈਂ ਵੇਖਿਆ ਉਹਦੇ ਵਿੱਚ ਕੋਈ ਮਤਲਬ ਬਿਲਕੁਲ ਉਹ ਬਿਲਕੁਲ ਕੋਈ ਮੂਵਮੈਂਟ ਨਹੀਂ ਕਰਨ ਦਿਆ, ਤੇ ਜਦੋਂ ਮੈਂ ਉਹ ਵੇਖਿਆ ਨਾ ਉਹਦਾ ਮੇਰੇ ਸਿਰ ਨੂੰ ਹੱਥ ਲੱਗਾ ਨਾ, ਜਦੋਂ ਕਿਉਂ ਤਾਂ ਉਦਾਂ ਨਹੀਂ ਮੈਨੂੰ ਪਤਾ ਲੱਗਾ, ਕੱਪੜਿਆਂ 'ਚ ਫਸਿਆ ਪਿਆ ਸਾਰਾ। ਜਦੋਂ ਮੇਰਾ ਹੱਥ ਲੱਗਾ ਮੈਂ ਉਹਦੇ ਤੇ ਉਂਗਲਾਂ ਲੰਘੀਆਂ ਮੇਰੇ ਉਹਦੇ ਸਿਰ 'ਚ ਇਦਾਂ ਹੀ, ਉਹ ਮੈਂ ਤੁਹਾਡਾ ਭਲਾਏ ਦੇ ਗੋਲੀ ਲੱਗੀ ਆ। ਮੈਂ ਉਸੇ ਵੇਲੇ ਉਹਨੂੰ ਚੁੱਕਿਆ ਦਵਾ ਤਾਂ ਮੈਂ ਵੀ ਮੈਂ ਆਵਾਜ਼ ਦਿੱਤੀ ਵੀ ਐਂਬੂਲੈਂਸ ਲਿਆਓ, ਮੈਂ ਉਹਨੂੰ ਬਾਹਾਂ ਤੇ ਚੁੱਕ ਕੇ ਘੱਟੋ ਘੱਟ 100 ਮੀਟਰ ਦੂਰ ਭੱਜ ਕੇ ਗਿਆ ਐਂਬੂਲੈਂਸ ਦੇ ਵਿੱਚ ਪਾ ਕੇ ਭੇਜਿਆ ਮੈਂ ਉਹਨੂੰ। ਲਗਾਤਾਰ ਐਂਬੂਲੈਂਸ ਆ ਰਹੀਆਂ ਸੀ ਪਰ ਇਸ ਜਗ੍ਹਾ ਤੇ ਉੱਪਰ ਐਂਬੂਲੈਂਸ ਹੈ ਨਹੀਂ ਸੀ ਉਹ, ਨਹੀਂ ਐਂਬੂਲੈਂਸ ਦੱਸਾਂ ਕੀ ਚੱਕਰ ਸੀ ਉਦੋਂ ਜਦੋਂ ਗੋਲਾਬਾਰੀ ਚੱਲਣ ਲੱਗ ਪਈ ਨਾ ਵੀ ਜਦੋਂ ਕਿਸਾਨ ਜਦੋਂ ਆਣ ਕੇ ਅੱਗੇ ਆ ਗਏ, ਕਿਸਾਨ ਫਿਰ ਜਦੋਂ ਭੱਜ ਦੌੜ ਮੱਚ ਗਈ ਤੇ ਫਿਰ ਐਂਬੂਲੈਂਸਾਂ ਨੂੰ ਰਾਹ
ਥਾਂ ਨਾ ਮਿਲਿਆ ਜਦੋਂ ਨਾ, ਜਦੋਂ ਐਂਬੂਲੈਂਸਾਂ ਭੱਜ ਭੱਜ ਜਾਂਦੀਆਂ ਲੈ ਲੈ ਕੇ, ਫਿਰ ਮੈਂ ਤੋਂ ਵੇਟ ਨਹੀਂ ਹੋਈ, ਮੈਂ ਕਿਹਾ ਵੀ ਜੇ ਮਹਾਰਾਜ ਕਿਰਪਾ ਕਰੇ ਜੇ ਇਹਦੇ 'ਚ ਇੱਕ ਵੀ ਸਾਹ ਹੋਵੇ ਅਤੇ ਜੇ ਬਚ ਜੇ ਤਾਂ ਹੋ ਸਕਦਾ ਵੀ ਮੈਂ ਇਹਨੂੰ ਬਚਾ ਸਕਾਂ, ਕਿਉਂ ਮੈਨੂੰ ਜੋ ਮੇਰੇ ਮਨ ਨੇ ਉਦੋਂ ਕਿਹਾ, ਮੈਂ ਉਹਨੂੰ ਚੁੱਕ ਕੇ ਐਂ ਚੁੱਕ ਕੇ ਭੱਜ ਗਿਆ 100 ਮੀਟਰ ਲੈ ਕੇ ਗਿਆ ਉਹਨੂੰ ਮੈਂ, ਫਿਰ ਮੈਂ ਐਂਬੂਲੈਂਸ 'ਚ ਪਾ ਕੇ ਤੋਰਤਾ ਵਾ। ਪਰ ਜਦੋਂ ਮੈਂ ਆਣ ਕੇ ਮੁੜ ਕੇ ਵੇਖਿਆ ਵਾ, ਮੇਰੀ ਬਾਂਹ ਦੇ ਉੱਤੇ ਉਹਦੇ ਜਦੋਂ ਬ੍ਰੇਨ ਦਾ ਪਾਰਟਸ ਲੱਗੇ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ ਵੀ ਮਗਜ਼ ਜਿਵੇਂ ਸਿਰ ਦਾ ਲੱਗਾ, ਪਰ ਉਦੋਂ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਮੈਂ ਇੱਕ ਵੀ ਕਿੰਨੇ ਮਰੀਜ਼ ਵੇਖੇ ਆ, ਪਰ ਉਹ ਵੇਖ ਕੇ ਮੇਰੇ ਤੋਂ 15-20 ਮਿੰਟ ਮੇਰਾ ਸਰੀਰ ਨਹੀਂ ਕੰਮ ਕੀਤਾ ਵੀ ਮੁੰਡਾ ਮਰ ਗਿਆ, ਨਹੀਂ ਬਚਿਆ ਲੱਗਦਾ। ਹਾਂ, ਬਹੁਤ ਦੁਖਦਾਈ ਘਟਨਾ ਸੀ ਉਹ। ਤੁਸੀਂ ਖੁਦ ਉਸ ਟਾਈਮ ਸਮਝ ਗਏ ਸੀ ਵੀ ਹਾਂ ਰਿਹਾ ਨਹੀਂ ਹੈਗਾ? ਮੈਂ ਉਦੋਂ ਵੇਖਿਆ ਕਿ ਉਦੋਂ ਤਾਂ ਮੈਂ ਜ਼ੋਰ 'ਚ ਜਦੋਂ ਉੱਤੋਂ ਸਾਡੇ ਵੀ ਇੱਥੇ ਬੰਬਬਾਰੀ ਚੱਲਣ ਦੀ ਸੀ ਅਤੇ ਤੁਹਾਨੂੰ ਦਿਖਾਉਣੇ ਟੀਅਰ ਗਿਆ, ਸਾਡੇ ਉੱਤੇ ਵੀ ਵੱਜਣ ਦਿਆ ਸੀ, ਸਾਡੀ ਟੀਮ ਦੇ ਉੱਤੇ ਵੱਜਣ ਦੇ, ਸਾਨੂੰ ਵਿੱਚੋਂ ਲੋਕ ਆਉਂਦੇ ਵੀ ਮੁੰਡੇ ਨੂੰ ਫੜੋ, ਵਿੱਚੋਂ ਆਉਂਦੇ ਵੀ ਭਾਜੋ ਪਿੱਛੇ ਚੱਲ ਜਾਓ ਨਾ। ਮੈਂ ਵੀ ਦਵਾ ਦੇ ਇਹਨੂੰ ਵੇਖਣ ਤੋਂ ਪਹਿਲਾਂ ਮੈਂ ਦਵਾ ਤੋਂ ਚੁੱਕਿਆ, ਮੈਂ ਵੀ ਦਵਾ ਦਾ ਐਂਬੂਲੈਂਸ 'ਚ ਲੈ ਕੇ ਜਾਈਏ ਇਹਨੂੰ, ਵੀ ਉੱਥੇ ਆਕਸੀਜਨ ਲਾ ਦਾਂਗੇ ਜਿੱਦਾਂ ਕਰ ਦਾਂਗੇ। ਪਰ ਉਹ ਨਹੀਂ ਸੀ ਉਸ ਟਾਈਮ ਹੈਗਾ ਉਹਦੀ ਮੌਤ, ਜਦੋਂ ਮੈਂ ਬਾਅਦ 'ਚ ਵੇਖਿਆ ਨਾ ਵੀ ਜਦੋਂ ਬਾਂਹ ਦਾ ਹਾਲਾਤ ਵੇਖਿਆ ਵੀ ਮੇਰੀ ਬਾਂਹ ਨੂੰ ਉਹਦਾ ਜਿਹੜੇ ਬ੍ਰੇਨ ਦੇ ਪਾਰਟਸ ਲੱਗੇ ਉਹ ਇੰਨਾ ਤਾਂ ਛੇਕ ਸੀ, ਮੇਰੀਆਂ ਤਾਂ ਉਂਗਲਾਂ ਗਾਂਹ ਲੰਘੀਆਂ ਜਦੋਂ ਉਹਨੂੰ ਕਰਦਿਆਂ ਕਰਾਉਂਦਿਆਂ, ਫਿਰ ਉਦੋਂ ਮੈਂ ਹਿਸਾਬ ਲਾ ਲਿਆ ਵੀ ਇਹ ਨਹੀਂ ਹੈਗਾ। ਤੁਸੀਂ ਲਗਾਤਾਰ ਡਿਊਟੀ ਕਰ ਰਹੇ ਹੋ, ਕਈ ਮਰੀਜ਼ਾਂ ਨੂੰ ਤੁਸੀਂ ਦਵਾਈ ਦਿੰਦੇ ਹੋ, ਕਈ ਜ਼ਖਮੀ ਆਉਂਦੇ ਨੇ, ਇਦਾਂ ਦੇ ਹਾਲਾਤ ਹੋਰ ਕਿਸੇ ਨਾਲ ਦੇਖੇ ਨੇ ਹੁਣ ਤੱਕ? ਮੇਰਾ ਗੱਲ ਸੁਣ ਵੀਰ ਮੇਰਿਆ, ਜ਼ਖਮੀਆਂ ਨੂੰ ਤਾਂ ਇਲਾਜ ਕਰਦੇ, ਉਹਦੇ ਤੋਂ ਬਾਅਦ 15 ਮਿੰਟ ਬਾਅਦ ਸਾਡੇ ਇੱਥੇ ਕੈਂਪ 'ਤੇ ਵੀ ਅਟੈਕ ਹੋ ਗਿਆ। ਸਾਡੀਆਂ ਗੱਡੀਆਂ ਭਾਂਤੀਆਂ ਐਂਬੂਲੈਂਸ ਜਾਣਦੀ ਪੇਸ਼ੈਂਟ ਲੈ ਕੇ, ਐਂਬੂਲੈਂਸ ਦੇ ਮਗਰ ਭੱਜ ਭੱਜ ਡਾਂਗਾ ਮਾਰੀਆਂ ਉਹਨਾਂ ਨੇ। ਸਾਡੇ ਮੁੰਡੇ ਇੱਥੇ ਬੈਠੇ ਸੀ, ਕਿਉਂ ਮੈਂ ਤੁਹਾਨੂੰ ਦੱਸਣ ਦਿਆਂ ਵਾ ਵੀ ਟਰਾਲੀਆਂ ਦੇ ਉੱਤੇ ਵੱਜਾ ਜਦੋਂ ਆਣ ਕੇ ਟੀਅਰ ਗੈਸ, ਟਰਾਲੀਆਂ ਦੇ ਵਿੱਚ 2 ਕਿਸਾਨ ਬੇਹੋਸ਼ ਹੋ ਗਏ, ਭੱਜ ਕੇ ਮੈਨੂੰ ਮੁੰਡਿਆਂ ਨੇ ਦੱਸਿਆ ਵੀ 2 ਕਿਸਾਨ ਮਰ ਗਏ, ਉਹਨਾਂ ਦੇ ਇੱਦਾਂ ਕਿਹਾ ਵੀ ਮਰ ਗਏ ਆ, ਵੀ ਉਹਨਾਂ ਦੇ ਮੂੰਹ 'ਚੋਂ ਝਾਗ ਹੋ ਗਈ ਅਤੇ ਬੰਦ ਹੋ ਗਏ ਆ ਵੀ ਸਾਹ ਬੰਦ ਹੋਏ। ਜਾ ਕੇ ਵੇਖਿਆ ਉਹਨਾਂ ਨੂੰ ਫਸਟ ਏਡ ਦੇ ਕੇ ਉਹਨਾਂ ਦੇ ਸਾਹ ਚੱਲੇ, ਜਦੋਂ ਅਸੀਂ ਮੁੜ ਕੇ ਆਣ ਕੇ ਵੇਖਿਆ ਵਾ ਅਤੇ ਸਾਡੇ ਜਿਹੜੇ ਵਲੰਟੀਅਰ ਸੀ ਜਿਹੜੇ ਇੱਥੇ ਉਹ ਖਿਲੇ ਡਿੱਗੇ ਪਏ ਅਤੇ ਬਜ਼ੁਰਗ ਵਿਚਾਰਾ ਖਿਲ ਰਿਹਾ, ਉਹਦੇ ਵਾਰ ਖਿਲ ਰਹੇ, ਜਿਹੜਾ ਪੇਜ ਦਾ ਤੁਹਾਨੂੰ ਮੈਂ ਦੱਸਣ ਦਿਆਂ ਵੀ ਸਾਡਾ ਹੁਣ ਜਿਹੜਾ ਵਲੰਟੀਅਰ ਉਹ ਪਟਿਆਲੇ ਰੈਫਰ ਕਰਤਾ ਵਾ, ਵੀ ਉਹਦੇ ਢਿੱਡ 'ਚ ਲੱਤਾਂ ਵਾਜਣ ਕਰਕੇ ਉਹ ਵੋਮਿਟਿੰਗ ਨਹੀਂ ਬੰਦ ਹੁੰਦੀ, ਇੱਕ ਉਹਦੀ ਬਾਂਹ 'ਤੇ ਸੱਟ, ਇੱਕ ਗੁੱਟ 'ਤੇ ਸੱਟ ਆ, ਸਾਰੀਆਂ ਸਾਡੀਆਂ ਦਵਾਈਆਂ ਖਿਲਾਰਤੀਆਂ। ਇੱਥੇ ਜਿਹੜੇ ਪੋਸਟਰ ਲੱਗੇ ਸੀ ਸਾਡੇ ਉਹ ਵੀ ਪਾੜ 'ਤੇ ਅਤੇ ਗਾਲੀ ਗਲੋਚ ਕੀਤਾ ਉਹਨਾਂ ਨੇ, ਇੱਥੋਂ ਉੱਚੀ ਉੱਚੀ ਚਾਂਗਰਾ ਮਾਰਦੇ ਵੀ ਅੱਜ ਵੀ ਤੁਹਾਨੂੰ ਇਹ ਸਾਡੇ ਨੂੰ ਛੱਡ ਦਿੱਤਾ ਗਿਆ, ਅੱਜ ਡਾਂਗਾ ਹੀ ਮਾਰੀਆਂ ਵਾ, ਡਾਂਗਾ ਹੀ ਮਾਰੀਆਂ ਵਾ ਅੱਜ, ਕੱਲ੍ਹ ਤੋਂ ਜੇ ਤੁਹਾਡਾ ਇੱਥੇ ਮੈਡੀਕਲ ਵੇਖ ਲਿਆ ਤਾਂ ਅਸੀਂ ਗੋਲੀਆਂ ਵੀ ਮਾਰਾਂਗੇ ਤੁਹਾਨੂੰ, ਇੱਥੋਂ ਤੱਕ ਸਾਨੂੰ ਮਤਲਬ ਕਰਕੇ ਗਏ ਗੁੱਸੇ ਦੇ ਵਿੱਚ ਹੁੰਦਾ। ਅਵਤਾਰ ਜੀ, ਗੱਲ ਕਰੀਏ ਤਾਂ ਉਸ ਦਿਨ ਕਿੰਨੇ ਕੁ ਮਰੀਜ਼, ਕਿੰਨੇ ਕੁ ਜ਼ਖਮੀ ਲੋਕ ਤੁਹਾਡੇ ਕੋਲ ਆਏ ਸੀ ਜਦੋਂ ਉਹ ਕਿਤੇ ਨਾ ਕਿਤੇ ਟਕਰਾਅ ਵਾਲੀ ਜਿਹੜੀ ਸਥਿਤੀ ਬਣੀ ਸੀ? ਬਾਈ ਜੀ, ਮੈਂ ਤੁਹਾਨੂੰ ਦੱਸਣ ਦਿਆਂ ਵੀ ਉਸ ਟਾਈਮ 'ਤੇ ਜਿਹੜੀ ਸਥਿਤੀ ਸੀ ਨਾ, ਮੇਰੀ 45 ਸਾਲ ਦੇ ਲਾਗੇ ਉਮਰ ਹੋ ਚੁੱਕੀ, ਮੈਂ ਅੱਜ ਤੱਕ ਇਹੋ ਜਿਹੀ ਸਥਿਤੀ ਕਦੀ ਨਹੀਂ ਵੇਖੀ, ਕਿਉਂਕਿ ਮੈਂ ਵੀ ਇੱਕ ਇਨਸਾਨ ਹੀ ਹਾਂ, ਮੈਂ ਇੰਨੇ ਫੱਟ ਵੇਖ ਕੇ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਵੀ ਇੰਨੇ ਫੱਟ, ਕਿਸੇ ਦੀ ਹੱਡੀ ਨੰਗੀ, ਕਿਸੇ ਦੀ ਹੱਡੀ ਵਿੱਚੋਂ ਨਿਕਲੀ, ਕਿਸੇ ਦੀ ਆ ਗੱਲ ਪਾੜ ਕੇ ਥੱਲੇ ਡਿੱਗੀ, ਕਿਸੇ ਦੇ ਸਿਰ 'ਚ ਸੱਟ, ਮਤਲਬ ਇੰਨੀਆਂ ਕੁ ਜ਼ਿਆਦੀਆਂ ਸੱਟਾਂ ਸੀ ਵੀ ਮੈਂ ਗਿਣਤੀ ਤੋਂ ਤਾਂ ਮਤਲਬ ਸੈਂਕੜੇ ਕਿਸਾਨ ਮੈਂ ਕਹਿ ਸਕਦਾ ਵੀ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਸੀ, ਅਤੇ ਜਿਨ੍ਹਾਂ ਦੇ ਆ ਸੈੱਲ ਵੱਜੇ ਆ, ਜਿਹਨੂੰ ਉਹਨੂੰ ਮੈਂ ਤਾਂ ਇਹ ਵੇਹਣਾ ਵਾਂ ਵੀ ਸਾਡੇ ਜਿਹੜੇ ਕਿਸਾਨ ਵੀਰ ਆ ਕਿੰਨੇ ਦਲੇਰ ਆ, ਜਾਂ ਉਹ ਜਿਹਨਾਂ ਨੂੰ ਆ ਲੱਗੇ ਆ ਨਾ ਸ਼ਰੇ ਲੱਗੇ ਵਿੱਚ, ਉਹਨੂੰ ਮਾਮੂਲੀ ਸੱਟ ਗੇਂਦਾ ਆ, ਜਿਹੜੀ ਸੱਟ ਨਾਲ ਬਾਹਰ ਕਿਤੇ ਆਪਣਾ ਝਗੜਾ ਜੇ ਤਾਂ ਉੱਤੇ 307 ਲੱਗਦੀ ਆ ਵੀ ਸ਼ਰੇ ਫੜੇ ਜਾਣ ਨਾ ਸਰੀਰ ਦੇ ਵਿੱਚੋਂ ਗੋਲੀ ਦੇ ਸ਼ਰੇ, ਤਾਂ ਉਹਨੂੰ 307 ਲੱਗਦੀ, ਉਹਨੂੰ ਆਪਣੇ ਕਿਸਾਨ ਨੋਰਮਲ ਗੇਂਦੇ, ਉਹ ਤਾਂ ਮਤਲਬ ਗਿਣਤੀ ਤੋਂ ਬਾਹਰ ਸੀ ਜਿਹਨਾਂ ਨੂੰ ਆ ਸ਼ਰੇ ਲੱਗੇ, ਕਿਉਂ ਉਹ ਜਿਹੜਾ ਮੈਂ ਤਾਂ ਪਹਿਲੀ ਵਾਰ ਵੇਖਿਆ ਵੀ ਟੀਅਰ ਗੈਸ ਅੱਗੇ ਤਾਂ ਹੁੰਦਾ ਸੀ ਧੂੰਏ ਵਾਲਾ, ਹੁਣ ਉਹ ਟੀਅਰ ਗੈਸ ਜਦੋਂ ਚੱਲਦਾ ਸੀ ਤਾਂ ਉਹ ਫਟਦਾ ਸੀ, ਅੱਜ ਜਿਵੇਂ ਮੰਨ ਲਓ ਆਪਾਂ ਜਿੰਨੇ ਬੰਦੇ ਆ ਨਾ ਜਿਹਦੇ ਵਿੱਚ ਆਪਣੇ ਫਟ ਗਿਆ ਤਾਂ ਸਾਰਿਆਂ ਨੂੰ ਮਤਲਬ ਸਾਰੇ ਇਫੈਕਟਡ ਹੋ ਜਾਂਦੇ, ਮੀਟਰ 2 ਮੀਟਰ 'ਚ ਕਰਦਾ ਵਾਰ। ਹਾਂ, ਕਿਉਂ ਅਸੀਂ ਵੇਖਿਆ ਨਾ ਇੱਥੇ ਜਦੋਂ ਆਪਣੇ ਕਿਸਾਨ ਵੀਰ ਸ਼ਾਂਤਮਈ ਖਲੋਤੇ ਸੀ, ਇਹਨਾਂ ਨੇ ਜਦੋਂ ਟੀਅਰ ਗੈਸ ਵਿੱਚ ਸੁੱਟੇ ਆ ਅਤੇ ਜਦੋਂ ਸੁੱਟਦੇ ਸੀ ਤਾਂ ਘੱਟੋ ਘੱਟ ਉਦੋਂ ਮਤਲਬ 25-30 ਬੰਦੇ ਤਾਂ ਉਸੇ ਨਾਲ ਹੁੰਦੇ, ਤਾਂ ਉੱਥੇ ਉਹਨਾਂ 100 ਤੋਂ ਇਕੱਠਾ ਮਾਰਦੇ ਤੇ 100 ਤੋਂ ਉੱਤੇ ਉਹ ਚੱਲੇ ਆ ਜਿਹੜੇ ਉਹ ਜਿਹੜੇ ਆਂਸੂ ਗੈਸ ਹੈ ਨਾ ਜਿਹੜੇ ਤੇ ਜਿਹੜੇ ਟਰਾਲੀਆਂ ਦੇ ਵਿੱਚ ਵੱਜੇ ਆ, ਜਿਹੜੇ ਕਿਸਾਨ ਵਿਚਾਰੇ ਤੁਰ ਵੀ ਨਹੀਂ ਸਕਦੇ ਉਹ ਵਿੱਚੇ ਕਿਤੇ ਨਾ ਕਿਤੇ ਕਾਬੂ ਆ ਗਏ। ਮੈਨੂੰ ਹੁਣ ਮੈਨੂੰ ਆ ਅੱਜ ਸਵੇਰੇ ਦੱਸਣ ਦੇ ਉਹ ਆਪਣੇ ਜਿਹੜੇ ਕਿਸਾਨ ਉਹਨਾਂ ਨੂੰ ਤੇ ਵਿਚਾਰਿਆਂ ਨੂੰ ਜਾਣਾ ਪਿਆ, ਕਿਉਂ ਸਾਹ ਦੀ ਜ਼ਿਆਦਾ ਪ੍ਰੋਬਲਮ ਹੋ ਗਈ ਉਹਨਾਂ ਨੂੰ,
ਉਹਨਾਂ ਨੂੰ ਜਾਣਾ ਪਿਆ ਉਹਨਾਂ ਦੇ ਨਾਲ ਦੇ ਆਂਦੇ ਵੀ ਡਾਕਟਰ ਸਾਹਿਬ ਜੇ ਤੁਸੀਂ ਨਾ ਉਹਦੇ ਮੌਕੇ ਤੇ ਸਾਡੇ ਬਜ਼ੁਰਗ ਝੰਡੀ ਹੋ ਗਏ ਸੀ, ਮਤਲਬ ਵੀ ਇੰਨਾ ਉਹਨਾਂ ਦਾ ਹਾਲਾਤ ਸਾਹਸੂ ਬੰਦ ਹੋ ਗਏ ਉਹਨਾਂ ਦੇ, ਮਤਲਬ ਇੰਨੀ ਜ਼ਿਆਦੀ ਹੁਣ ਮੰਨ ਲਓ ਜਿਹੜੇ ਉਹ ਅੱਗੇ ਖੜੇ ਸੀ ਜਿਹੜੇ ਭੱਜ ਸਕਦੇ ਉਹਦੇ ਭੱਜ ਗਏ ਪਿੱਛੇ, ਜਿਹੜੇ ਬਜ਼ੁਰਗ ਵਿਚਾਰੇ ਟਰਾਲੀਆਂ 'ਚ ਜਿਹੜੇ 80-80, 90-90 ਸਾਲ ਦੇ ਬਜ਼ੁਰਗ ਟਰਾਲੀਆਂ 'ਚ ਬੈਠੇ ਸੀ, ਉਹ ਮੈਂ ਇਹ ਗੱਲ ਕਰਦਾ ਵੀ ਉਹਨਾਂ ਨੂੰ ਕਿੰਨੇ ਹੱਕ ਦਿੱਤਾ ਵੀ ਟਰਾਲੀਆਂ ਖਲੋਤੀਆਂ ਦੇ ਉੱਤੇ ਬੰਬਾਰੀ ਕਰਨ ਦਾ, ਵੀ ਉਹ ਟੀਅਰ ਗੈਸ ਹੈ ਜਿਹੜੇ ਸੈੱਲ ਆ ਉਹ ਜਦੋਂ ਚੱਲਦੇ ਨਾ ਵੀ ਤਰਪਾਲ ਆਪਣੀ ਵੀ ਪਾੜ ਗਈ ਆ ਪਾਈ ਹੁਣ ਉੱਤੇ ਉਹ ਮਗਰ ਪਈ ਆ ਤਰਪਾਲਾਂ ਦੇ ਉੱਤੋਂ ਦੀ ਪਾੜ ਪੜ ਕੇ ਵਿੱਚ ਗਏ ਆ, ਉਹ ਸੈੱਲ ਵੀ ਆਪਣੇ ਅੰਦਰ ਪਏ ਆ ਵੀ ਜਿਹੜੇ ਇੱਦਾਂ ਜ਼ਿਆਦੇ ਜਦੋਂ ਉਹਦੀ ਆਪਣੇ ਦੀ ਸ਼ੁਭ ਕਰਨ ਦੀ ਇੱਥੇ ਵਿਚਾਰੇ ਦੀ ਮਤਲਬ ਆਇਆ ਸੀ ਨਾ ਇੱਥੇ ਲੈ ਕੇ ਉਹਨੂੰ, ਉਦੋਂ ਵੀ ਆਪਣੇ ਉੱਤੇ ਬੰਬ ਡਿੱਗੇ ਆ, ਸ਼ਾਇਦ ਹੋ ਸਕਦਾ ਕਿਸੇ ਵੀਡੀਓ 'ਚ ਵੀ ਹੋਣ, ਉਦੋਂ ਵੀ ਬੰਬ ਐਂ ਚੱਲਦੇ ਸੀ ਵੀ ਜਿਵੇਂ ਅਸਤਬਾਜੀ ਚੱਲਣ ਦੀ, ਹਾਂ ਹਾਂ ਮਤਲਬ ਹਮਲੇ ਦੇ ਵਿੱਚ ਹੀ ਆਪਣੀ ਇਹ ਜਿਹੜੀ ਟੀਮ ਆ ਵੀ ਉਹਨਾਂ ਨੂੰ ਟ੍ਰੀਟ ਕਰਦੀ ਰਹੀ ਆ ਜਾਂ ਪੇਸ਼ੈਂਟਾਂ ਨੂੰ ਚੁੱਕਦੀ ਰਹੀ ਆ, ਮੈਂ ਤੇ ਤੋਬਾ ਹੋ ਗਈ, ਮੈਂ ਸਾਰੀ ਰਾਤ ਮੈਨੂੰ ਉਹ ਸ਼ੁਭ ਕਰਨ ਮੇਰੀਆਂ ਬਾਹਾਂ 'ਚ ਦੀਦਾ ਰਿਹਾ, ਮੈਨੂੰ ਸਾਰੀ ਰਾਤ ਨਹੀਂ ਨੀਂਦ ਆਈ, ਬੜਾ ਦੁੱਖ ਲੱਗਾ ਕਿਉਂ ਉਹਨਾਂ ਦੇ, ਮੈਂ ਸੁਣਿਆ ਉਹਦੀ ਭੈਣਾਂ ਹੀ ਆ ਇਕੱਲੀਆਂ ਦੋਵੇਂ, ਇਕੱਲਾ ਇਕੱਲਾ ਭੈਣਾਂ ਦਾ ਭਰਾ ਸੀ, ਤੋਂ ਕੌਣ ਜਵਾਬ ਦਊਗਾ, ਕੌਣ ਉੱਥੋਂ ਉਹਨੂੰ ਪੂਰਾ ਕਰੂ, ਭਾਵੇਂ ਕਰੋੜਾਂ ਰੁਪਈਆ ਦੇ ਦੇ ਸਰਕਾਰ ਜੋ ਮਰਜ਼ੀ ਕਰਦੇ ਪਰ ਉਹ ਸ਼ੁਭ ਕਰਨ 'ਤੇ ਨਹੀਂ ਨਾ ਵਾਪਸ ਆ ਸਕਦਾ, ਬੜੀ ਦੁੱਖ ਵਾਲੀ ਗੱਲ ਹੈ, ਇਹਨਾਂ ਚੀਜ਼ਾਂ 'ਤੇ ਗੌਰ ਕਰਨਾ ਚਾਹੀਦਾ ਸਰਕਾਰਾਂ ਨੂੰ। ਬਿਲਕੁਲ, ਸ਼ੁਭ ਕਰਨ ਇਸ ਵਕਤ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ, ਦੋ ਭੈਣਾਂ ਦਾ ਭਰਾ ਉਹ ਇਸ ਵਕਤ ਆਪਣੀ ਜਾਨ ਗਵਾ ਬੈਠਾ, ਡਾਕਟਰ ਸਵੈ ਮਾਨ ਦੀ ਜਿਹੜੀ ਐਸੋਸੀਏਸ਼ਨ ਆ ਉਹ ਟੀਮ ਦੇ ਜਿਹੜੇ ਹੈਗੇ ਨੇ ਸਦੱਸ ਡਾਕਟਰ ਅਵਤਾਰ ਜੀ ਜਿਹੜੇ ਹੈਗੇ ਸੀ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਉਸ ਵਕਤ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਫਸਟ ਏਡ ਦਿੱਤੀ ਆ, ਜਦੋਂ ਨਾਲ ਦੇ ਸਾਥੀ ਸ਼ੁਭ ਕਰਨ ਨੂੰ ਬੇਹੋਸ਼ ਹਾਲਤ ਦੇ ਵਿੱਚ ਲੈ ਕੇ ਆਏ, ਜ਼ਖਮੀ ਹਾਲਤ ਦੇ ਵਿੱਚ ਲੈ ਕੇ ਆਏ, ਤਾਂ ਇਹ ਅਵਤਾਰ ਸਿੰਘ ਸੀ ਜਿਹੜੇ ਤਕਰੀਬਨ 100 ਮੀਟਰ ਉਹਨੂੰ ਆਪਣੀਆਂ ਬਾਹਾਂ ਦੇ ਉੱਪਰ ਲੈ ਕੇ ਐਂਬੂਲੈਂਸ ਤੱਕ ਲੈ ਕੇ ਗਏ, ਪਰ ਕਿਤੇ ਨਾ ਕਿਤੇ ਜਿਹੜੀ ਆ ਇਹਨਾਂ ਦੇ ਵੱਲੋਂ ਕੀਤੀ ਗਈ ਕੋਸ਼ਿਸ਼ ਸੀ ਵਿਅਰਥ ਗਈ, ਸ਼ੁਭ ਕਰਨ ਦੀ ਜਾਨ ਨਹੀਂ ਬਚ ਸਕੀ। ਕੈਮਰਾ ਪਰਸਨ ਸਨਮ ਦੇ ਨਾਲ ਖਨੌਰੀ ਬਾਰਡਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ।